ਵੱਖ-ਵੱਖ ਵਾਲੇ ਅੱਜ ਇਹ ਮੀਟਰ ਵੱਖ ਲਵਾਏ ਆ ਕਿਲੋ ਵਾਟ ਵਾਲੇ ਤੇ ਹੁਣ ਵੀ ਰੱਦ ਕਰਤੇ ਵੀ ਇਹ ਧਰਮ ਨਹੀਂ ਮਿਲ ਸਕਦਾ। ਸੋ ਇਸ ਪੋਜੀਸ਼ਨ ਦੇ ਵਿੱਚ ਸਾਡੀ ਜਿਹੜੇ ਹਾਲਾਤ ਨੇ ਇਸ ਵੇਲੇ ਬੀ ਸੀ ਰਿੰਗ ਹੁਣ ਇੱਥੋਂ ਤੱਕ ਬੀ ਸੀ ਨਾਲ ਸੰਬੰਧਿਤ ਸ਼੍ਰੇਣੀਆਂ ਜਿਹੜੀਆਂ ਨੇ ਉਹਨਾਂ ਦੇ ਹਾਲਾਤ ਇੱਥੋਂ ਤੱਕ ਚਲੇ ਗਏ। ਪ੍ਰਧਾਨ ਸਾਹਿਬ ਨੇ ਸਾਨੂੰ ਹੁਕਮ ਕੀਤਾ ਸੀਗਾ ਕਿ ਤੁਹਾਡੇ ਬਾਈ ਅਸੀਂ ਤਾਂ ਕਰਤੇ ਸੀ, ਹੁਣ ਸਰਕਾਰ ਨੇ ਰੱਦ ਕਰਤੇ, ਇਹ ਫਿੱਕੀ ਆ। ਅਸੀਂ ਮੀਟਿੰਗ ਸੱਦੀ ਆ ਵੀ ਆਪਾਂ ਸਾਰੇ ਰਲ ਕੇ ਕੋਈ ਪਲਾਨ ਬਣਾਈਏ, ਕੋਈ ਪ੍ਰੋਗਰਾਮ ਬਣਾਈਏ, ਕੋਈ ਆਪਣੇ ਜਿਹੜੇ ਵਰਗ ਨੇ ਹੋ ਸਕਦਾ ਇਹਨਾਂ ਚੀਜ਼ਾਂ ਦਾ ਸਾਰੀਆਂ ਦਾ ਆਪਾਂ ਨੂੰ ਜਿੰਨੇ ਕੁ ਬੈਠੇ ਇਹਨਾਂ ਨੂੰ ਨਾ ਫਾਇਦਾ ਹੁੰਦਾ। ਜੇ ਪਿੰਡਾਂ 'ਚ ਰਹਿੰਦੇ ਨੇ ਜਿਨ੍ਹਾਂ ਦੇ ਕੋਲ ਹੈ ਨਹੀਂ ਕੁਛ ਵੀ, ਕਰਜ਼ਾਈ ਤੋਂ ਕਰਜ਼ਾਈ ਹੋ ਰਹੇ ਨੇ, ਪੱਖੇ ਨਾਲ ਨਹੀਂ ਲਟਕਦੇ, ਔਖੇ ਸੌਖੇ ਕਰਕੇ ਜੇ ਆਪਾਂ ਨਹੀਂ ਲੜਕਦੇ ਤੇ ਆਖਿਰਕਾਰ ਸਾਡਾ ਵੀ ਸੁਣਨੀ ਚਾਹੀਦੀ ਆ, ਸਰਕਾਰ ਨੂੰ ਸਾਡੀ ਵੀ ਗੱਲ ਮੰਨਣੀ ਚਾਹੀਦੀ ਆ। ਐਮਰਜੈਂਸੀ ਮੀਟਿੰਗ ਸੀਗੀ ਤੇ ਜਿੰਨੇ ਵੀ ਵਿਚਾਰ ਦੇਣੇ ਆ ਸੰਖੇਪ ਤੌਰ ਤੇ ਘੱਟ ਤੋਂ ਘੱਟ ਸਮਾਂ ਅਗਲਾ ਚੀਜ਼ ਲੈ ਲੈਣੀ ਚਾਹੀਦੀ। ਇਸ਼ੂ ਆਪਣੇ ਕੋਲ ਬਹੁਤ ਨੇ, ਪਿੰਡਾਂ ਦੇ ਪਿੰਡ ਵਿਚਾਰੇ ਦੁਖੀ ਨੇ। ਸ਼੍ਰੋਮਣੀ ਅਕਾਲੀ ਦਲ ਨਾਲ ਹੋਣੀ ਆ, ਉਹਦੇ ਵਿੱਚ ਅਸੀਂ ਸਾਰੀਆਂ ਗੱਲਾਂ ਰੱਖਣੀਆਂ। ਜਿਹੜਾ ਅਗਲਾ ਸੰਘਰਸ਼ ਸ਼ੁਰੂ ਕਰਨਾ ਪਾਰਟੀ ਨੇ, ਉਹਦੇ 'ਚ ਇਹਨਾਂ ਮੰਗਾਂ ਨੂੰ ਮੁੱਖ ਰੱਖ ਕੇ ਸੰਘਰਸ਼ ਕੀਤਾ ਜਾਊਗਾ। ਪੰਜਾਬ ਗੌਰਮੈਂਟ ਦੇ ਰਹੇ ਨੇ ਪਰ ਜੋ ਸਾਡੇ ਨਾਲ ਵਾਪਰ ਵੀ ਆ ਇਹ ਵੇਲੇ ਉਹ ਸਾਰੇ, ਜਿਵੇਂ ਨਾ ਕੋਈ ਕਹਿ ਦਿੰਦਾ ਕਿਸੇ ਨੂੰ ਵੀ ਆਪਣੇ ਮੁੰਡੇ ਦਾ ਵਿਆਹ ਆ, ਆਪਾਂ ਤਿਆਰ ਨਹੀਂ ਬਰਾਤ ਲੈ ਕੇ ਜਾਣ, ਉਹ ਕੱਪੜੇ ਕੁੱਪੜੇ ਵੀ ਨਵੇਂ ਸਵਾ ਲੈਂਦਾ, ਉਹ ਵਧੀਆ ਸੂਟ ਬੂਟ ਪਾ ਕੇ ਮੁਸ਼ਕਲਾ ਤੇਲ ਵੀ ਲਾ ਲੈਂਦਾ, ਹਾਂਜੀ ਸੈਂਟਸੁੰਟ ਜਿਹਾ ਲਾ ਕੇ ਵਿਆਹ ਵੱਡੀ ਗਿਣਤੀ ਸਾਨੂੰ ਸ਼ਾਮਿਲ ਹੋਣਾ ਚਾਹੀਦਾ। ਉਹਦੇ ਵਿੱਚ ਸਾਰੀ ਗੱਲ ਆਪਣੀ ਵੀ ਕਰਨੀ ਚਾਹੀਦੀ ਹੈ, ਇਹ ਨਾ ਹੋਵੇ ਅਸੀਂ ਉਹਨਾਂ ਪ੍ਰੋਗਰਾਮਾਂ 'ਚ ਨਾ ਜਾਈਏ, ਆਪਦੀ ਗੱਲ ਹੀ ਨਾ ਰੱਖ ਸਕੀਏ। ਇਹ ਸਾਰੀਆਂ ਕਾਤਾਂ ਇਹ ਮੀਟਿੰਗ ਸੱਦੀ ਆ ਵੀ ਸਾਰੇ ਪ੍ਰੋਗਰਾਮਾਂ 'ਤੇ ਆਪਾਂ ਸਾਰਿਆਂ ਸ਼ਾਮਿਲ। ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਜਿਹੜੀਆਂ ਸਹੂਲਤਾਂ ਦਿੱਤੀਆਂ ਸੀ, ਚਾਹੇ ਬਿਜਲੀ ਦੀ ਸੀ, ਚਾਹੇ ਸ਼੍ਰੇਣੀਆਂ